ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਅੱਜ ਆਮ ਆਦਮੀ ਪਾਰਟੀ ਦੇ ਵਿੱਚ ਪਰਿਵਾਰ 'ਚ ਆ ਕੇ ਆਮ ਆਦਮੀ ਪਰਿਵਾਰ 'ਚ ਆ ਕੇ ਅਸੀਂ ਇੱਕ ਆਪਣੀ ਸੋਚ ਬਦਲੀ ਆ। ਜੋ ਅਸੀਂ ਪਿਛਲੇ 70 ਸਾਲਾਂ ਤੋਂ ਕਾਂਗਰਸ ਅਕਾਲੀਆਂ ਦੇ ਝਾਂਸੇ ਵਿੱਚ ਆ ਕੇ ਕਦੀ ਆਟਾ ਕਦੀ ਦਾਲ ਬਸ ਉਹਦੇ ਝਾਂਸੇ 'ਚ ਆ ਕੇ ਉਹਨਾਂ ਦੇ ਹੀ ਆਪਣੇ ਆਪ ਨੂੰ ਮੰਗਤੇ ਬਣਾ ਕੇ ਰੱਖਿਆ ਹੋਇਆ ਸੀ, ਅੱਜ ਇੱਕ ਸੋਚ ਬਦਲੀ ਆ। ਸ਼੍ਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਦਿੱਲੀ ਦਾ ਨਕਸ਼ਾ ਬਦਲਤਾ ਵਾ, ਅੱਜ ਅਸੀਂ ਵੀ ਆਪਣੀ ਉਹ ਸੋਚ ਬਦਲ ਕੇ ਜੋ ਆਪਾਂ ਨੂੰ ਐਜੂਕੇਸ਼ਨ ਆ, ਆਪਾਂ ਨੂੰ ਹਸਪਿਟੈਲਿਟੀ ਆ, ਇਹ ਜਿਹੜਾ ਤਾਂ ਫ੍ਰੀ ਮਿਲ ਜੇ ਅਤੇ ਉਹਦੇ ਨਾਲ ਆਪਣਾ ਦੇਸ਼ ਵੀ ਤਰੱਕੀ ਕਰੂਗਾ, ਆਪਾਂ ਤਰੱਕੀ ਦੇ ਰਾਹ ਜਾਵਾਂਗੇ। ਅੱਜ ਆਮ ਆਦਮੀ ਪਾਰਟੀ ਨੇ ਮੈਨੂੰ ਵਾਰਡ ਨੰਬਰ 30, 36, 37 ਦਾ ਬਲੋਕ ਪ੍ਰੈਜ਼ੀਡੈਂਟ ਬਣਾਇਆ ਵਾ। ਉਮੀਦ ਕਰਦਾ ਵਾਂ ਕਿ ਤੁਹਾਡੀ ਪੂਰੀ ਸੇਵਾ ਕਰਾਂਗਾ, ਤਹਿ ਦਿਲੋਂ ਸੇਵਾ ਕਰਾਂਗਾ। ਬਸ ਇੱਕ ਮੌਕਾ ਤੁਸੀਂ ਕੇਜਰੀਵਾਲ ਸਾਹਿਬ ਨੂੰ ਦਿਓ, ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦਿਓ, ਆਪਣੀ ਸਰਕਾਰ ਲੈ ਕੇ ਆਈਏ। ਇੰਨੀਆਂ ਗੱਲਾਂ ਕਹਿੰਦਾ ਹੋਇਆ ਸਮਾਂ ਲਵੇਗਾ। ਇਲਾਕਾ ਨਿਵਾਸੀ ਇਸ ਤਰ੍ਹਾਂ ਸਾਡੇ ਨਾਲ ਕਰ ਰਹੇ ਆ ਕਿ ਕਹਿੰਦੇ ਸਾਡੇ ਘਰ ਦੇ ਬੱਚੇ ਸਾਡੇ ਕੋਲ ਆ ਰਹੇ ਆ, ਔਰ ਹਰ ਇੱਕ ਬੰਦਾ, ਹਰ ਇੱਕ ਬੱਚਾ, ਹਰ ਇੱਕ ਮਾਂ, ਹਰ ਇੱਕ ਪਿਓ ਸਾਨੂੰ ਭਰਵਾਂ ਹੁੰਗਾਰਾ ਦੇ ਰਹੇ ਆ ਕਿ ਇਸ ਵਾਰ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਦੇਣੀ ਆ। ਜਿਸ ਤਰ੍ਹਾਂ ਉਹਨਾਂ ਨੂੰ ਸਾਨੂੰ ਵੇਖ ਕੇ, ਸਾਨੂੰ ਖੁਸ਼ੀ ਉਹਨਾਂ ਨੂੰ ਵੇਖ ਕੇ ਹੁੰਦੀ ਆ ਕਿ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪਈ ਆ, ਹਰੇਕ ਜਣਾ ਸਾਨੂੰ ਬਹੁਤ ਵਧੀਆ ਸਪੋਰਟ ਦੇ ਰਿਹਾ ਵਾ। ਕੀ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਸਰਕਾਰ ਬਣਾਉ ਇਸ ਵਾਰੀ? ਬਿਲਕੁਲ 110% ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ। ਸ਼੍ਰੀ ਭਗਵੰਤ ਮਾਨ ਜੀ ਪ੍ਰੈਜ਼ੀਡੈਂਟ ਔਫ ਪੰਜਾਬ ਔਰ ਮੁੱਖ ਸਾਡੇ ਭਗਵੰਤ ਮਾਨ ਜੀ ਆ, ਇਸ ਵਾਰ ਉਹ ਨਿਯੁਕਤ ਹੋ ਗਏ ਆ ਔਰ ਪੱਕਾ ਮੁੱਖ ਮੰਤਰੀ ਦੀ ਮੋਹਰ ਉਹਨਾਂ 'ਤੇ ਲੱਗ ਚੁੱਕੀ ਆ। ਆਪਣਾ ਕੰਮ